ਹਾਜ਼ਰ ਸਰ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਕਿ ਆਪਣੀ ਇੱਕ ਇਹ ਸਿੱਖਾਂ ਦੀ ਨੁਮਾਇੰਦਾ ਸਿਰਮੌਰ ਸੰਸਥਾ ਜਿਹਨੂੰ ਧਾਰਮਿਕ ਖੇਤਰ ਦੇ ਵਿੱਚ ਬਹੁਤ ਰਿਸਪੈਕਟ ਨਾਲ ਜਾਣਿਆ ਜਾਂਦਾ ਔਰ ਉਹ ਅੱਗੇ ਵਧਣ ਦੇ ਯਤਨ ਕਰ ਰਹੇ ਆ ਔਰ ਇਹ ਵਿਸ਼ਵ ਵਿਆਪੀ ਜਿਹੜੀ ਹੈਗੀ ਆ ਆਪਣੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਕਿਰਤ ਕਰਨ ਦੀ ਨਾਮ ਜਪਣ ਦੀ ਅਤੇ ਵੰਡ ਕੇ ਛਕਣ ਦਾ ਜਿਹੜਾ ਫਲਸਫਾ ਹੈ ਆਪਾਂ ਘਰ ਘਰ ਦੇ ਵਿੱਚ ਪਹੁੰਚਾ ਸਕੀਏ ਔਰ ਉਹਦੇ 'ਚ ਆਪਣਾ ਬਣਦਾ ਤਿਲ ਫੁੱਲ ਯੋਗਦਾਨ ਪਾ ਸਕੀਏ ਇਹ ਜਿਹੜੀ ਹੈਗੀ ਹੈ ਬਹੁਤ ਹੀ ਬੜੀ ਸੇਵਾ ਹੈਗੀ ਹੈ। ਅਤੇ ਜੋ ਭਾਸ਼ਾਵਾਂ ਦੀ ਗੱਲ ਆ ਅਸੀਂ ਦਫ਼ਤਰ 'ਚ ਬੈਠੇ ਵੀ ਇਹੀ ਗੱਲ ਹੁੰਦੀ ਸੀ ਕਿ ਇਹ ਸਾਡੇ ਕਈ ਚੀਜ਼ਾਂ ਗਲ ਪਾ ਦਿੱਤੀਆਂ ਗਈਆਂ ਕਿ ਨੈਗੇਟਿਵਿਟੀ ਔਰ ਉਹ ਸਾਡੇ ਗੱਲ ਪਾਤੀ ਕਿ ਅਸੀਂ ਤਾਂ ਪੰਜਾਬੀ ਜਾਣੀਏ ਨਾ ਜਾਣੀਏ ਸਾਡੇ ਕੋਲ ਤਾਂ ਪੰਜਾਬੀ ਹੈਗੀ ਆ ਹੋਰ ਕੋਈ ਭਾਸ਼ਾ ਉਹ ਸਾਡੀਆਂ ਸਾਰੀਆਂ ਦੁਸ਼ਮਣ ਆ ਔਰ ਖਾਸ ਕਰਕੇ ਜਿਹੜੀ ਹਿੰਦੀ ਹੈਗੀ ਆ ਜਦੋਂ ਕਿ ਗੁਰੂ ਸਾਹਿਬਾਨ ਨੇ ਔਰ ਇੰਨੇ ਆਲਾ ਦਰਜੇ ਦੇ ਵਿਦਵਾਨ ਆਪਣੇ ਕੋਲ ਰੱਖ ਕੇ ਆਪ ਉਹਨਾਂ ਦੀਆਂ ਜਿਹੜੀਆਂ ਉਚਾਰੀਆਂ ਰਚਨਾਵਾਂ ਹੈਗੀਆਂ ਬਾ ਕਮਾਲ ਰਚਨਾਵਾਂ ਅਸੀਂ ਉਹਨੂੰ ਸੰਗੇੜੀ ਜਾ ਰਹੇ ਹਾਂ। ਇਹ ਬਹੁਤ ਖੁਸ਼ੀ ਹੋਈ ਹੈ ਕਿ ਇੱਥੇ ਚਿੰਤਨ ਹੋ ਰਿਹਾ ਔਰ ਐਫਰਟ ਕਰਨ ਦੀਆਂ ਗੱਲਾਂ ਹੋ ਰਹੀਆਂ। ਮੈਂ ਇਹੀ ਕਾਮਨਾ ਕਰਦਾ ਕਿ ਤੁਸੀਂ ਇਹਨੂੰ ਰਲ ਮਿਲ ਕੇ ਅੱਗੇ ਵਧਾਓਗੇ ਅਤੇ ਆਪਣਾ ਬਣਦਾ ਯੋਗਦਾਨ ਪਾਓਗੇ ਅਤੇ ਹੋਰਾਂ ਲਈ ਵੀ ਪ੍ਰੇਰਨਾ ਸਰੋਤ ਬਣੋਗੇ। ਇਸ ਉਮੀਦ ਦੇ ਨਾਲ ਮੈਂ ਤੁਹਾਨੂੰ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।